ਕਿਆ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅਤੇ ਪਿੰਡ ਜੇਠੂ ਹੁਣ ਪਹੁੰਚ ਚੁੱਕੇ ਜੀ ਆਪਾਂ ਸੰਧੂ ਸਾਹਿਬ ਕੋਲ ਜੀ ਦੇਖੋ ਅੱਜ ਵੀ ਦੇਖੋ 5-6 ਲੈ ਕੇ ਝੋਟੀਆਂ ਲੈ ਕੇ ਆਉਂਦੀਆਂ ਚੰਗੀਆਂ ਸੋਹਣੇ ਸੁਨੱਖੀਆਂ ਅਤੇ ਵੱਡੀਆਂ ਝੋਟੀਆਂ ਬਾਕੀ ਬਾਬਾ ਜੀ ਨੇ ਗੱਲਬਾਤ ਕਰਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਲੀਪ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹਰੀ ਬਾਈ ਮੈਂ ਚੱਲਦਾ ਮੇਰਾ ਸ਼ੁਕਰ ਆ ਕਿਰਪਾ ਚਾਹੀਦੀ ਆ ਜਿਹੜਾ ਦਿਨ ਚੜ੍ਹ ਜੇ ਉਹ ਵਧੀਆ ਲੰਘ ਜੇ ਅਤੇ ਚਲੋ ਆਪਣਾ ਵੀ ਲੰਘੇ ਅਤੇ ਭੈਣ ਭਰਾ ਦਾ ਵੀ ਸਾਰਿਆਂ ਦੇ ਹਾਂਜੀ ਬਾਈ ਜੀ ਬਿਲਕੁਲ ਬਿਲਕੁਲ ਅਤੇ ਕੱਲ੍ਹ ਨਾ ਇੱਕ ਮਨ ਨੂੰ ਬੜਾ ਸ਼ਾਰਟ ਲੱਗਾ ਮੇਰਾ ਇੱਕ ਨਾ ਜ਼ਿਆਦਾ ਚੰਗਾ ਮਿੱਤਰ ਸੀ ਅੱਛਾ ਇਹ ਨਾ ਉਦੋਂ ਯੂਟਿਊਬ ਨਹੀਂ ਹੁੰਦੀ ਹਾਂਜੀ ਅਤੇ ਉਦੋਂ ਨਾ ਅਸੀਂ ਵੇਚਦੇ ਨੇ ਹਾਂ ਇਹਦੇ 'ਤੇ ਫੇਸਬੁੱਕ 'ਤੇ ਫੇਸਬੁੱਕ 'ਤੇ ਇੱਕ ਨਾ ਬਣਾਇਆ ਸੀਗਾ ਗਰੁੱਪ ਕਿਸੇ ਨੇ ਕੁਝ ਬਣਾਇਆ ਕਿਸੇ ਨੇ ਪਸ਼ੂ ਪਾਲਕ ਇਹਨਾਂ ਲਿਖਿਆ ਸੀ ਮੁਕਤਸਰ ਨੀਲੀ ਰਾਵੀ ਅੱਛਾ ਮੁਕਤਸਰ ਨੀਲੀ ਇਹ ਉਹਦਾ ਹੈਗਾ ਸੀਗਾ ਮਤਲਬ ਕਿ ਇਹਨੂੰ ਐਡਮਿਨ ਮਤਲਬ ਅਸੀਂ ਵੀਡੀਓ ਪਾ ਦਿੰਦੇ ਹਾਂ ਫਿਰ ਇਹਨੂੰ ਅਪਰੂਵ ਕਰਕੇ ਇਹਦੇ ਉੱਤੇ ਚੜਾਉਂਦਾ ਹੁੰਦਾ ਸੀ ਇਹ ਮੁੰਡਾ ਹੈਗਾ ਸੀ ਉੱਥੋਂ ਦਾ ਭੰਗ ਚਿੜੀ ਦਾ ਮੁਕਤਸਰ ਜ਼ਿਲ੍ਹੇ ਅਤੇ ਸੰਦੀਪ ਬੜਾ ਹੀ ਬੀਬਾ ਮੁੰਡਾ ਸੀ ਵਿਚਾਰਾ ਨਾ ਉਹ ਗੁਰਮੀਤ ਸਿੰਘ ਤੂਰ ਦੂਰ ਉਹਨਾਂ ਕੋਲ ਨੀਲੀ ਦੀ ਝੋਟੀ ਲੈ ਕੇ ਨਾ ਕੱਟੀ ਅਤੇ ਆਉਂਦਿਆਂ ਦੇ ਰਸਤੇ ਦੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ ਝੋਟੀ ਲੱਦੀ ਕੱਟੀ ਨੀਲੀ ਦੀ ਬੜੇ ਸ਼ੌਕ ਨਾਲ ਤੇ ਗੁਰਸੇਵਕ ਸਿੰਘ ਨਾ ਸੀ ਉਹਦਾ ਬਹੁਤ ਜ਼ਿਆਦਾ ਦੁੱਖ ਹੋਇਆ ਚਲੋ ਮਹਾਰਾਜ ਆਪਾਂ ਕਰ ਤੇ ਕੁਝ ਨਹੀਂ ਸਕਦੇ ਤੇ ਪਰ ਨਾ ਦੁੱਖ ਬੜਾ ਉਹਦਾ ਇੱਕ ਬੇਟਾ ਅਤੇ ਇੱਕ ਬੇਟੀ ਆ ਬੇਟਾ ਬੜਾ ਸੋਹਣਾ ਉਹਦੀਆਂ ਫੋਟੋਆਂ ਵਗੈਰਾ ਪਾਉਂਦਾ ਰਹਿੰਦਾ ਕਈ ਵਾਰੀ ਅਤੇ ਮੈਨੂੰ ਧਰਮਣਾ ਹੀ ਨਾ ਬੜਾ ਸ਼ੌਟ ਲੱਗਾ ਕੀ ਬੜੀ ਦੁੱਖਦਾਈ ਖਬਰ ਆ ਅਤੇ ਮੈਂ ਉਸ ਭਰਾ ਨੂੰ ਸ਼ਰਧਾਂਜਲੀ ਲਾ ਲਓ ਜਾਂ ਕਿਤੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਉਹਨੂੰ ਇਸ ਕਰਕੇ ਯਾਦ ਕੀਤਾ ਕਿ ਮੇਰਾ ਜ਼ਿਆਦਾ ਮਿੱਤਰ ਸੀ ਅਤੇ ਹੋਰ ਅੱਜ ਹੋਰ ਜ਼ਿਆਦੀਆਂ ਗੱਲਾਂ ਨਹੀਂ ਆਪਾਂ ਕਰਨੀਆਂ ਅਤੇ ਆਪਾਂ ਕਰੀਏ ਕੰਮ ਮੱਝਾਂ ਚਾਰ ਆ ਅਤੇ ਚੰਗੀਆਂ ਆ ਅਤੇ ਭਾਅ ਵੀ ਠੀਕ ਆ ਅੱਜ ਠੀਕ ਆ ਚਲੋ ਬਾਜ਼ਾਰ ਬਜ਼ੁਰਗ ਜਿੱਦਾਂ ਹੁਣ ਕਹੀ ਜਾਂਦੇ ਸਾਰੇ ਵੀ ਡਿੱਗਾ ਜਾਂ ਕਿੱਦਾਂ ਵਾ ਡਿੱਗਾ ਵਾ ਉਹ ਮਹੀਂ ਦਾ ਜਿਹੜੀ ਮਤਲਬ ਅੱਗੇ ਹੀ 55-65-60 ਵਾਲੀ ਜਿਹੜੀਆਂ ਵੱਡਾ ਡੰਗਰ ਨਾ ਜਿਹੜਾ ਚੰਗਾ ਡੰਗਰ ਉਹ ਤੇ ਥੋੜ੍ਹਾ 19-21 ਦਾ ਫਰਕ ਪੈਂਦਾ ਬਾਕੀ ਕੋਸ਼ਿਸ਼ ਪੂਰੀ ਕੀਤੀ ਆ ਵੀ ਭੱਜ ਫਿਰ ਕੇ ਲਈਏ ਤੁਰ ਫਿਰ ਕੇ ਦੂਰ ਦਰਾਡਿਓ ਵੀ ਪਰਤੇ ਵਾਲਾ ਮਾਲ ਲਈ ਹੈ ਨਾ ਅਤੇ ਗਾੜੀ ਵੀ ਥੋੜ੍ਹੇ ਜਿਹੇ ਮੁਨਾਫੇ ਨਾਲ ਹੀ ਦੇਵਾਂਗੇ ਭੈਣ ਭਰਾ ਜਿਹੜਾ ਲੈਣੀ ਹੈ ਅਤੇ ਹੁਣ ਤਾਂ ਮਤਲਬ ਵੀ ਪਸ਼ੂ ਲੱਭਣ ਲੱਗ ਪਿਆ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਤੇ 2 ਮਹੀਨੇ ਤੇ ਮੱਝ ਲੱਭਦੀ ਹੁਣ ਲੱਭਣ ਲੱਗ ਗਈ ਆ ਤੇ ਜੇ ਕਹੀਏ ਨਾ ਸਸਤੀ ਨਹੀਂ ਕੋਈ ਵੀ ਘਰ ਵਾਲੇ ਰੇਟ ਉਹਨਾਂ ਹੀ ਮੰਗੀ ਹਾਂਜੀ ਹਾਂਜੀ ਆਹ ਸੁਣੀ ਸਾ ਮੱਝ ਬਹੁਤ ਤਗੜੀ ਆ ਠੀਕ ਆ ਕੱਲ ਸੂਈ ਆਇਆ ਮੇਰੇ ਨਾਲ ਹਾਂਜੀ ਹਾਂਜੀ ਠੀਕ ਆ ਠੀਕ ਆ ਕੱਟਾ ਦਿੱਤਾ ਜਿਹਨੇ ਤੇ ਚਵਾਈ ਚ ਵੀ ਇੱਕ ਨੰਬਰ ਬਹੁਤ ਚੰਗੀ ਵੱਡੀ ਮਹੀਂ ਲਓ ਜੀ ਦੇਖੋ ਬਰਾਂ ਹਾਂਜੀ ਤੇ ਸੂਆ ਦਾ ਤੀਜਾ ਲਾ ਲਓ ਦੂਜਾ ਤੀਜਾ ਹੀ ਹੁੰਦਾ ਖੋਲ ਵੀ ਖੋਲੋ ਜੀ ਚੰਗੀ ਸੋਹਣੀ ਆ ਇਹ ਆ ਅਸਲ ਮੁੱਠੀ ਵਾਲਾ ਥਾਂ ਮੁੱਠੀ ਵਾਲਾ ਮੁੱਠੀ ਥੋੜੀ ਨੂੰ ਕਹਿੰਦੇ ਇਹ ਬਿਲਕੁਲ ਲਓ ਜੀ ਵੇਖੋ ਹਾਂ ਤੇ ਬਾਜੀ ਕਿੰਨਾ ਕਰ ਤੁਹਾਡਾ ਸੰਦੂਪ ਬੜੀ ਵੱਡੀ ਮੈਂ ਪੂਰੀ ਬਹੁਤ ਚੰਗੀ ਤਰੀ ਮੱਝ ਇਹ ਤੇ ਨਾ ਸੰਦੀਪ ਹਾਂਜੀ ਉਦਾਂ ਜੇ ਉੱਥੇ ਰਹਿੰਦੀ ਤੇ ਭਾਵੇਂ ਨਾ ਹੀ ਸੁਣਦੀ ਹਾਂਜੀ ਤੇ ਪਰਸੋਂ ਮੇਰੇ ਕੋਲ ਆਈ ਤੇ ਰਸਾ ਤਾਂ ਕਰ ਲਾਂਗੇ ਵਾਹ ਸਾਰੀ ਸੂਬੀ ਦੇਖੋ ਬਰਾਜੀ ਲੇਵਾ ਤੇ ਪੂਰੀ ਹੈਵੀ ਮੱਝ ਪਿੱਠ ਬੜਾ ਦੇਖੋ ਉਹ ਗੱਲ ਸਹੀ ਹੈ ਮੀਟਰ ਵਾਲਾ ਹੀ ਕੰਮ ਹੀ ਹੈ ਜੀ ਮੀਟਰ ਆ ਜਾਂਦੇ ਥੱਲੇ ਜਾ ਕੇ ਨਾ ਏਡੀ ਮੋਟੀ ਧਾਰ ਤੇ ਏਡੀ ਪੋਲੀ ਆ ਨਾ ਹਾਂਜੀ ਬਹੁਤ ਹੀ ਮਹਾਰਾਜ ਨੇ ਇਹਨੂੰ ਸਾਰੇ ਬੰਨੇ ਰੰਗ ਭਾਗ ਲਾਏ ਆ ਬਿਲਕੁਲ ਜੀ ਇਹਦੇ ਵਿੱਚ
ਉਹ ਨਹੀਂ ਕੋਈ ਹੈਗਾ ਜੇ ਜਿੱਦਾਂ ਆਪਾਂ ਕਹਿੰਦੇ ਨਾ ਜੇ ਬਾਕੀ ਤੇ ਚੰਗੀ ਆ ਤੇ ਜੇ ਆ ਥਣ ਸਹੀ ਹੁੰਦਾ ਹਾਂਜੀ ਵੀ ਜੇ ਆ ਸਿੰਘ ਸਹੀ ਹੁੰਦਾ ਹਾਂਜੀ ਸਾਰਾ ਕੁਝ ਸਹੀ ਆ ਸਾਰਾ ਕੁਝ ਚੰਗਾ ਸਭ ਕੁਝ ਵੀ ਚੰਗਾ ਜੇ ਪਤਲੇ ਕੰਮ ਦੀ ਝੋਟੀ ਮਹੀਂ ਚੰਗੀ ਆ ਝੋਟੀ ਕਹਿ ਲਓ ਮੱਝ ਲਾ ਲਓ ਮੱਝ ਬਾਤ ਬਾਤ ਦੁੱਧ ਜਿਹੜਾ ਵਾ ਚਲੋ ਆਪਾਂ ਇਸ ਗੱਲ ਦੀ ਗਰੰਟੀ ਹੁੰਦੀ ਹੁੰਦੀ ਗੱਭਰ ਡੰਗਰ ਦੀ ਪਰ ਉਹ ਬੰਦੇ ਮੈਨੂੰ ਜਿੰਨਾ ਘਰੋਂ ਬਿਲਕੁਲ ਮੱਝ ਲਈ ਨੱਥ ਪਈ ਹੁਣੇ ਕੱਢੀ ਹੈ ਜੀ ਠੀਕ ਆ ਕੋਈ ਨੱਥ ਵਾਲੀਆਂ ਵੀਡੀਓ ਵੀ ਹੈਗੀਆਂ ਹਾਂਜੀ ਜੇ ਕਿਸੇ ਨੇ ਵੇਖਣੀਆਂ ਹੁਣ ਉਹ ਮੈਨੂੰ ਆਉਂਦੇ ਵੀ ਦੁੱਧ ਅਸੀਂ 15-14 ਲੀਟਰ ਦੁੱਧ ਇੱਥੇ ਨੂੰ ਚੋਣੇ ਰਹੇ ਹਾਂ ਹਾਂਜੀ 17-18 ਵਾਲੀ ਗੇਮ ਤੇ ਚਲੋ ਕਹੀ ਜਾਂਦੇ ਲੋਕ ਘੱਟ ਹੀ ਹੁੰਦੀ ਆ ਕੋਈ ਲੋ ਮੱਝ ਦਿੰਦੀਆਂ ਆ ਹਾਂਜੀ ਪਰ ਚਲੋ ਇਹ ਮੱਝ ਜੇ 15 ਲੀਟਰ ਦੁੱਧ ਇਹਨੂੰ ਕਰਨਾ ਚਾਹੀਦਾ ਹਾਂਜੀ ਹੱਕ ਰੱਖਦਾ ਹੱਕ ਠੀਕ ਹੈ ਨਾ ਤੇ ਇਹਦਾ ਮੁੱਲ ਜ਼ਿਆਦਾ ਨਹੀਂ ਕਰਨਾ ਆਪਾਂ ਉਦਾਂ ਦੇ ਇਹੋ ਜਿਹੀਆਂ ਅੱਗੇ ਤੇ ਆਪਾਂ 1-60 ਦੀਆਂ ਵੇਚਦੇ ਰਹੇ ਹਾਂ 65 ਦੀਆਂ ਵੇਚਦੇ ਰਹੇ ਤੇ ਹੁਣ ਨਾ ਇਹ ਬਿਲਕੁਲ ਹੀ ਜਾਇਜ਼ ਹੀ ਦੇਣੀ ਆ 1-30 ਦੀ ਦੇ ਦੀ 1-30 ਦੀ 1.25 ਲੱਖ ਹੀ ਦੇ ਦੇ 1.25 ਲੱਖ ਜਾਨ 1.25 ਲੱਖ ਦੇ ਵਿੱਚੋਂ ਵੀ ਮਾਨਤਾਨ ਕਰਾਂਗੇ ਐਤਕੀ ਸੰਦੀਪ ਸਾਹਿਬ ਮਤਲਬ ਕਿ ਸਾਰੀਆਂ ਮਈਆਂ ਦੇ ਵਿੱਚੋਂ ਨਾ ਸਾਰੀਆਂ ਚੋਂ 7-8 ਹਜ਼ਾਰ ਰੁਪਇਆ ਲੈਣਾ ਬਸ ਠੀਕ ਆ ਇੰਨਾ ਹੀ ਲੈਣਾ ਇੰਨਾ ਹੀ ਲੈਣਾ ਮਨ 'ਚ ਧਾਰਿਆ ਵਾ ਬਸ ਠੀਕ ਆ ਤੇ ਇਹ ਆਪਾਂ ਬਿਲਕੁਲ ਹੋਰ ਕਰ ਕੁਰ ਕੇ ਨਾ ਇਹ 1,20,000 ਦੀ ਮਈ ਦੇ ਬਸ ਜਾਨ ਦੋ ਐਡੀ ਮੱਝ ਕੋਈ ਦੇ ਨਹੀਂ ਸਕਦਾ ਚਵਾਈ ਇਦਾਂ ਦੀ ਆ ਵੀ ਝੂਠ ਹੀ ਮਾਰਨ ਵਾਲੀ ਬਿਲਕੁਲ ਬਹੁਤ ਚੰਗੀ ਆ ਚੰਗੀ ਦਾ ਵੀ ਆਪਾਂ ਰੱਖਦੀ ਆ ਅਖਰਾ ਜੀ ਮੈਂ ਬਹੁਤ ਚੰਗੀ ਹਾਂਜੀ ਗ੍ਰੇਡਡ ਗ੍ਰੇਡਡ ਨੀਲੀ ਦਾ ਵੀ ਕੱਲ ਦੀ ਸੂਈ ਆ ਜੇ ਥੋੜਾ ਲੱਪਾ ਲੁੱਪਾ ਲੱਗਾ ਆ ਮੱਝ ਸਿੱਧੀ ਸਿੱਧੀ ਹੋ ਗਈ ਕਿਤੇ ਕੱਲ ਪਰਸੋਂ ਨੂੰ ਵੇਖੋ ਜਦੋਂ ਰੱਜ ਰੁੱਜ ਗਈ ਇਹ ਆ ਦੂਣੀ ਹੋ ਜਾਣੀ ਇੱਥੇ ਚਲੋ ਠੀਕ ਆ ਆ ਜਾਓ ਇਹ ਵੀ ਸੂਈ ਹਣਾ ਜੀ ਆ ਵੀ ਸੂਈ ਆ ਇਹਦਾ ਸੂਆ ਦੂਜਾ ਲਾ ਲਓ ਤੀਜਾ ਲਾ ਲਓ ਹਾਂਜੀ ਝੋਟੀ ਆ ਝੋਟੀ ਹਣਾ ਫਲਾ ਫਲਾ ਬੜੇ ਕਮਾਲ ਦਾ ਇਹਦੇ ਮਗਰ ਕੱਟੀ ਆ ਇਹ ਮੜਾ ਕਮਾਓ ਜੀ ਹੁਣ ਦੇਵਾ ਲੋ ਖਾਈ ਚੰਗੀ ਹੈ ਜੀ ਬਿਲਕੁਲ ਇਸ ਗੱਲ ਆ ਹਾਂਜੀ ਭਾਵੇਂ ਕੋਈ ਅਗਲੇ ਅਗਲੇ ਨੂੰ ਅਗਲਾ ਚੋਲੇ ਭਾਵੇਂ ਇੱਕ ਪਾਸੇ ਵਾਲੇ ਦੋਵੇਂ ਚੋਲੇ ਚਾਰ ਫਿਰ ਇੱਕੋ ਜੇ ਥਾਂ ਸਾਰੇ ਜ਼ਿਆਦੀ ਮਤਲਬ ਬਰੀਡ ਵਾਲੀ ਝੋਟੀ ਹੈ ਬਿਲਕੁਲ ਤੇ ਇਹ ਵੀ ਸੰਦੀਪ ਸਾਹਿਬ ਉਦਾਂ ਦੇ ਚਲੋ ਅੱਗੇ ਆਪਾਂ ਅੱਗੇ ਵਾਲੀ ਗੱਲ ਹੁਣ ਆਪਾਂ ਕਰਨੀ ਨਹੀਂ ਆ ਕਿਉਂਕਿ ਅੱਗੇ ਨਾਲੋਂ ਮੇਰੇ ਹਿਸਾਬ ਨਾਲ ਜਿਹੜਾ ਮੈਂ ਵੇਚਣ ਡਿਆ ਨਾ 20,000 ਰੁਪਇਆ ਸਸਤੀ ਮੱਛ ਸਸਤੀ ਆ ਅੱਗੇ ਬਾਜ਼ਾਰ ਨੂੰ ਦੇਣ ਡਏ ਹਾਂ ਠੀਕ ਹੈ ਨਾ ਇਹ ਝੋਟੀ ਵੇਚਣ ਨੂੰ ਤਾਂ ਚਾਹੇ ਲੱਖ ਦੀ ਵੇਚ ਦਈਏ ਪਰ ਆਪਾਂ ਜਿਸ ਹਿਸਾਬ ਨਾਲ ਆਈਆਂ ਉਸ ਹਿਸਾਬ ਨਾਲ ਥੋੜਾ ਜਿਹਾ ਮੁਨਾਫਾ ਲੈ ਕੇ ਦੇਣੀ ਆ ਇਹ 90,000 90,000 ਚ ਛੋੜ ਛਾੜ ਕਰ ਦਾਂਗੇ ਬਸ ਠੀਕ ਆ ਖੁੱਲੀ ਐ ਕਰਾਂਗੇ ਜਿੰਦਾ ਕੋਈ ਆਪਾਂ 200-500 ਵਾਲਾ ਕੇਸ ਨਹੀਂ ਹਾਂਜੀ ਕਰ ਲਾਂਗੇ ਮਹਾਰਾਜ ਜੀ ਖੁੱਲਾ ਚੱਲਾਂ ਦੋ ਚਲੋ ਵੀਰ ਆਵੇ ਸਹੀ ਠੀਕ ਆ ਬਸ ਠੀਕ ਆ ਇਹ ਵੀ ਸੂਈ ਆ ਝੋਟੀ ਆ ਨਾ ਇਹਦਾ ਭਾਵੇਂ ਪਹਿਲਾ ਸੂਆ ਲਾਲਾ ਭਾਵੇਂ ਦੂਜਾ ਲਾਲਾ ਹਾਂਜੀ ਉਹ ਤੇ ਮੈਨੂੰ ਕਹਿੰਦੇ ਪਹਿਲੇ ਆ ਪਰ ਮੇਰੇ ਖਿਆਲ ਨਾਲ ਦੂਜੇ ਸੂਏ ਆ ਝੋਟੀ ਕੱਲ ਹੀ ਮੈਂ ਲਿਆਂਦੀ ਆ ਤੇ ਤਾਜ਼ੀ ਸੂਈ ਆ ਨਾੜੂ ਸ਼ਾਇਦ ਨਾਲ ਹੀ ਹੋਵੇ ਅਜੇ ਮਤਲਬ ਇਹਦੀ ਬੌਲੀ ਬਣਦੀ ਆ ਬੌਲੀ ਹੈ ਨਾ
ਉੱਥੇ ਮੈਂ ਇਸ ਝੋਟੀ ਦੇ ਥੱਲੇ 7 ਲੀਟਰ ਦੁੱਧ ਡੰਗਰ ਦਾ ਚੋ ਕੇ ਲਿਆਂਦਾ। ਥਾਣੇ ਬੜਾ ਵਧੀਆ ਨੇ, ਥਾਣ ਜਿੱਦਾਂ ਵਧੀਆ ਥਾਣੇ, ਚਵਾਈ ਵੀ ਐਡੀ ਵਧੀਆ। ਅੱਛਾ ਜੀ, ਐਡੀ ਮੋਟੀ ਧਾਰ ਆਉਂਦੀ ਹੈ। ਠੀਕ ਹੈ, ਉੱਥੇ ਮੈਂ 7 ਲੀਟਰ ਦੁੱਧ ਡੰਗ ਦਾ ਚੋ ਗਿਆ। ਆਣ ਕੇ ਥੋੜ੍ਹਾ ਜਿਹਾ ਇੰਨੇ ਪੱਠੇ ਘੱਟ ਖਾਧੇ ਮਈ ਨੇ, ਥੋੜ੍ਹਾ ਜਿਹਾ ਡਿੰਗਦੀ ਡੁੰਗਦੀ ਰਹੀ। ਅਤੇ ਹੁਣ ਇਹ ਖਾਣ ਖੁੰਡਾ ਵੀ ਖੋਲ੍ਹ ਵੀਰ, ਖੋਲ੍ਹੋ ਜੀ। ਹੁਣ ਤੁਸੀਂ ਇਹਦੇ ਥੱਲੇ ਮੰਨ ਕੇ ਚੱਲੋ ਵੀ 13 ਲੀਟਰ ਦੁੱਧ ਹੋਊਗਾ। 13 ਲੀਟਰ? ਹਾਂ ਜੀ, ਠੀਕ ਆ। ਅਤੇ ਚਵਾਈ ਹੈ ਇਕਦਮ ਫਸਟ ਕਲਾਸ, ਕੋਈ ਕਹਿਣ ਸੁਣਾ। ਇਹ ਵੀ ਦੇਖੋ ਲਾ ਲਈ। ਤੇ ਨੀਲੀ ਦਾ ਪੱਖ ਵੀ ਰੱਖਦੀ ਆ, ਲੱਤਾਂ ਚਿੱਟੀਆਂ, ਅੱਖਾਂ ਬਿੱਲੀਆਂ, ਗ੍ਰੇਡਡ ਮੱਝ। ਬਹੁਤ ਚੰਗੀ ਮੈਂ ਬਜੀ ਨਾਲ ਨਾਲ ਬੜੇ ਚਿੱਟੇ ਗ੍ਰੇਡਡ ਮੱਝ ਨਾਲ ਦੁੱਧ ਜ਼ਿਆਦਾ ਕਰਦੀ। ਹਾਂ ਜੀ, ਕੱਦ ਪੱਧਰਾ ਜੇ ਕੋ ਵੀਰ ਭਰਾ ਮੁੜ ਕੇ ਆ ਜਾਣਾ ਅੱਖੇ। ਸਹੀ ਗੱਲ ਹੈ ਜੀ, ਕੱਦ ਹੈਗਾ ਮੀਡੀਅਮ ਪਰ ਹੈ ਝੋਟੀ ਦੁੱਧ ਵਾਲੀ, ਦੁੱਧ ਵਾਲੀ। ਆ ਬੱਚਾ ਨਾ ਗਾੜੀ ਬੰਨਣ ਦਾ ਕਰਕੇ ਥੋੜ੍ਹਾ ਜਿਹਾ, ਹਾਂ ਜੀ ਹਾਂ ਜੀ, ਡੰਗਰ ਪਸ਼ੂ ਪਸ਼ੂ ਪੈਂਦੇ ਆ, ਕੋਈ ਇਹਨਾਂ 'ਚ ਟਾਈਮ ਟੂਮ ਨਹੀਂ ਆਪਾਂ ਲੱਗਾ। ਐਂ ਡੰਗ ਦੀ ਚਵਾਈ ਆ, ਹੁਣ ਵੇਖ ਲਓ ਵੀ ਸਾਢੇ ਕੁ ਛੇ ਹੋਏ ਆ, 15 ਲੀਟਰ ਜਿਹੜੀ ਕਾਲੀ ਮੱਝ ਆ ਉਹ M29 ਦੀ, ਉਹ ਭਾਵੇਂ ਮੈਨੂੰ ਲੱਗਦਾ ਝੋਟਾ ਸ਼ਾਇਦ ਪਤਾ ਨਹੀਂ ਹੈਗਾ ਕਿ ਮਰ ਮੁੜ ਗਿਆ, ਉਹ M29 ਕੁੜੀਓ ਚੱਲੀ ਜਾਂਦਾ ਬੜੇ ਚਿਰ, ਪਤਾ ਨਹੀਂ ਮੈਨੂੰ ਸੌਖਾ ਜਿਹਾ ਨਾਮ ਆ, ਸੌਖਾ ਜਿਹਾ ਨਾਮ। ਚਲੋ ਹੈਗੀਆਂ ਝੋਟੀਆਂ ਚੰਗੀਆਂ ਚੰਗੀਆਂ, M29 ਦੀਆਂ ਵੀ ਹੈਗੀਆਂ ਵਾ। ਅਤੇ ਇਹ ਵੀ ਸੰਦੀਪ ਆਪਾਂ ਦੁੱਧ 15 ਕਰ ਜੂਗੀ, ਹੁਣ ਦੁੱਧ ਤੁਸੀਂ 13 ਮੰਨ ਕੇ ਚੱਲੋ, ਠੀਕ ਆ, ਉਹਨੇ ਦੇ ਦਾਂਗੇ 90 ਹਜ਼ਾਰ ਚੱਲਣ ਦਿਓ, ਠੀਕ ਆ। ਝੋਟੀ ਆਉਣੀ ਨਹੀਂ ਇੰਨੀ ਡੰਗਰ ਲੈ ਕੇ ਹਰ ਇੱਕ ਬੰਦਾ ਨਹੀਂ ਵੇਚਦੇ, ਸਾਡੇ ਵਰਗੇ ਵੀ ਨਹੀਂ ਵੇਚ ਸਕਦੇ। ਮੰਡੀ ਚੋਂ ਜਿਹੜਾ ਬੰਦਾ ਲਿਆ ਕੇ ਵੇਚਦਾ ਨਾ ਚੰਗਾ ਹੀ ਆ ਉਹ। ਜੱਗੀ ਦੇ ਇੱਕ ਦਿਨ ਕਮੈਂਟ ਕਿਸੇ ਨੇ ਕੀਤਾ ਵੀ ਤੂੰ ਮੰਡੀਓਂ ਲਿਆਉਣਾ ਮਾਲ, ਮੈਂ ਕਿਹਾ ਮੰਡੀਓਂ ਲਿਆਉਂਦਾ, ਚੋਰੀ ਤਾਂ ਨਹੀਂ ਲਿਆਉਂਦਾ, ਚੋਰੀ ਤਾਂ ਲਿਆਉਂਦਾ ਜੀ। ਮੰਡੀ ਚੋਂ ਲੈ ਕੇ ਆਣ ਕੇ ਸੈੱਟ ਕਰਕੇ ਡੰਗਰ ਤਿਆਰ ਕਰਨਾ ਬੜਾ ਔਖਾ ਔਖਾ ਹੈ ਬਾਈ, ਭਾਵੇਂ ਕਿਤੇ ਲੈ, ਡੰਗਰ ਤਾਂ ਸਾਫ਼ ਆ ਨਾ, ਜੇ ਮਾਲ ਸਾਫ਼ ਆ ਤਾਂ ਉਹਨੇ ਜਿਹੜਾ ਬੰਦਾ ਪੈਸੇ ਲਾ ਕੇ ਖੜੂਗਾ ਉਹਨੂੰ ਵੀ ਕੋਈ ਨਾ ਕੋਈ ਰੋਟੀ ਦਊਗੀ, ਜਿਹਨੇ ਲਿਆਂਦੀ ਆ ਉਹਦਾ ਵੀ ਕੋਈ ਨਾ ਕੋਈ ਬਣੋ। ਬਿਲਕੁਲ ਜੀ, ਬਿਲਕੁਲ। ਆਹ ਝੋਟੀ ਸੰਦੀਪ ਸਿੰਘ ਸੂਣ ਵਾਲੀ ਇੱਥੋਂ ਲਾਗੋ ਲਈ ਆਪਾਂ, ਹਾਂਜੀ। ਦੂਜੇ ਸੂਏ ਪੂਰੀ ਪਿਓਰ ਦੂਜੇ ਸੂਏ ਸੋਹਣੀ ਆ, ਐਡੀ ਸ਼ਕੀਨੀ ਨਾਲ ਬੰਦਿਆਂ ਨੇ ਸਾਂਭੀ ਵੀ ਖੁਰਲੀ ਦੇ ਨਾਲ ਹੀ ਪਾਣੀ ਵਾਲਾ ਸਿਸਟਮ ਬਣਾਇਆ ਦੁੱਧ 12 ਲੀਟਰ ਪਹਿਲੇ ਸੂਏ ਨੇ ਕੀਤਾ ਵਾ, ਹੁਣ ਵੀ ਚਲੋ ਜੇ ਜ਼ਿਆਦਾ ਨਾ ਕਰੀ ਤੇ ਇਹਨਾਂ ਦੇ 12-13 ਦੀ ਆਪਾਂ ਉਮੀਦ। ਭਾਂਡਾ ਵੇਖੀ ਦੁੱਧ ਇਹਨੇ 14 ਲੀਟਰ ਹੀ ਕਰ ਜਾਣਾ। ਖੋਲੋ, ਝੋਟੀ ਬਹੁਤ ਅਸਲੇ ਦੀ ਆ, ਚੰਗੀਆਂ ਮੱਝਾਂ ਦੀ ਕੱਟੀ ਆ, ਜੇ ਕਿਸੇ ਨੇ ਵੇਖਣੀ ਆ ਹੁਣ ਤੇ ਇੱਥੇ ਕੱਥੂ ਨੰਗਲ ਲੱਗ ਗਈ ਆ। ਅੱਛਾ ਠੀਕ, ਮੈਂ ਮਾਲ ਵੀ ਦਊਂਗਾ। ਤੋਰੋ ਜੀ, ਲਓ ਵੇਖੋ ਜੀ, ਗਲਾ ਇਹਦਾ ਵੇਖੋ, ਬੈਠੋ ਨਾ, ਚੱਬਦੀ ਜੀ ਤੁਹਾਨੂੰ ਤੋਂ। ਤੇ ਇਹ ਜੇ ਦਿਨ 2-4 ਵਜੇ ਲੈ ਜੂਗੀ, ਲੈ ਜਾਣਾ ਸੋਹਣਾ ਇਹਨੂੰ ਖਾਣ ਕੱਢਾ। ਕੱਦ ਕੁੱਟੇ ਦਾ ਪੂਰਾ ਵਾ, ਛੋਟੀ ਨਹੀਂ ਜੇ ਮੱਝ, ਤੇ ਝੋਟੀ ਸਾਰੇ ਬੰਨੇ ਹੋਈ ਇਹ ਹੱਥ ਦੇ ਰੱਖਣ ਦੀ, ਲੈ ਚੰਗੀ ਹੈ ਸਾਰੀ ਚੰਗੀ ਹੈ। ਘੁਮਾਲਾ ਨਹੀਂ ਦੇਖ, ਘੁਮਾਲਾ ਥੋੜ੍ਹੀ ਜਿਹੀ ਨਾ ਡਰਦੀ ਆ, ਅਸੀਂ ਵੀ ਡਰਦੇ ਹਾਂ ਵੀ ਕਿਤੇ ਸੱਟ ਸੁੱਟ ਨਾ ਲਵਾਲੇ ਤਿਲਕ ਕੇ। ਅਤੇ ਉੱਦਾਂ ਸੁਭਾਅ ਸੁਭੂ ਬਿਲਕੁਲ ਉਹ ਆਉਂਦੇ ਵੀ ਅਸੀਂ ਆਪ ਹੀ ਛੱਡੀ ਆ। ਹਾਂਜੀ ਹਾਂਜੀ, ਬਹੁਤ ਸਾਫ਼ ਝੋਟੀ ਸੋਹਣੀ, ਇੱਕ ਆਹ ਮੈਟ ਸਾਰੇ ਬਦਲਣ ਵਾਲੇ ਹੋ ਗਏ ਆ,
ਇੱਕ ਦਸ ਦੀ ਵਿਕਣ ਦਾ ਹੱਕ ਰੱਖਦੀ ਆ ਤੇ ਆਪਾਂ ਇੱਕ ਦਸ ਦੀ ਨੂੰ ਦੇਣੀ ਲੱਖ ਦੀ ਨੂੰ ਦੇਣੀ ਤੇ ਇਹ ਝੋਟੀ 95,000 95,000 ਛੋਟ ਛੜਾਪਾ ਕਰ ਦਾਂਗੇ ਚਲੋ ਜਾਣ ਦੋ 1,000 ਹੋਰ ਘਟਾ ਦਾਂਗੇ 94,000 ਝੋਟੀ ਦੇਵਾਂਗੇ ਤੇ ਝੋਟੀ ਆ ਵਾ ਮੇਲਿਆਂ ਦੀ ਸ਼ਾਨ ਮੀਣੀ ਆ ਗਈ ਨੀਲੀ ਜੀ ਹਾਂਜੀ ਮਿਹਨਤ ਕਰਕੇ ਸਿਰਫ ਆਪਾਂ ਵਿਖਾਈ ਆ ਵੀ ਅਗਲੀ ਵੀਡੀਓ ਦੇ ਵਿੱਚ ਇਹਨੇ ਤਿਆਰ ਹੋ ਜਾਣਾ ਇਹਦੇ ਮੇਰੇ ਖਿਆਲ ਨਾਲ ਮਹੀਨੇ ਦੇ ਆਸ ਪਾਸ ਦਿਨ ਰਹਿ ਗਏ 20-25 ਦਿਨਾਂ ਨੂੰ ਸੂਬੇ ਤੋਂ ਸਾਰਾ ਮਹੀਨੇ ਨੂੰ ਵੇਖੋ ਕੋਈ ਨਿਸ਼ਾਨੀ ਨਾ ਵੱਧ ਵਾਈ ਬਿਲਕੁਲ ਬਿਲਕੁਲ ਨਾ ਘੱਟ ਕੱਦ ਵੇਲੋ ਕਿੱਡਾ ਹੈ ਕੱਦ ਕਿੱਡਾ ਜੀ ਕੱਦ ਲੰਮੀ ਵੀ ਬੜੀ ਆ ਛੋਟੀ ਬੇਲ ਵੀ ਆ ਤੇ ਸਾਡੇ ਸਾਰੇ ਡੰਗਰਾਂ ਨੂੰ ਸਿਰ ਕੱਢਦੀ ਬਹੁਤ ਜ਼ਿਆਦਾ ਚੰਗੀ ਝੋਟੀ ਆ ਤੇ ਇੰਨੀਆਂ ਅੱਜ ਬੇਨਤੀਆਂ ਆ ਅੱਜ ਨਾ ਕੁਝ ਨੂਰ ਜਾਦੀ ਠੀਕ ਬਿਲਕੁਲ ਜੀ ਹਾਂਜੀ ਗੱਲਾਂ ਬਾਤਾਂ ਚਲੋ ਬੰਦਾ ਜਿਹੜਾ ਧਰਤੀ ਤੇ ਆਉਂਦਾ ਜਾਣਾ ਤੇ ਸਾਰੇ ਤੇ ਜਿਹੜੀ ਥੋੜੀ ਜਿਹੀ ਬੇਵਕਤੀ ਮੌਤ ਹੁੰਦੀ ਨਾ ਇੱਦਾਂ ਦੀ ਵੀ ਬੱਚੇ ਛੋਟੇ ਆ ਫਿਰ ਉਹ ਹਰ ਇੱਕ ਨੂੰ ਭੈਣ ਭਰਾ ਨੂੰ ਉਹਦਾ ਦੁੱਖ ਬੜਾ ਹੁੰਦਾ ਆਪਾਂ ਕਰ ਤੇ ਕੁਝ ਨਹੀਂ ਸਕਦੇ ਚਲੋ ਪਾਤਸ਼ਾਹ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਨਾਂ ਮੇਰਾ ਹੈਗਾ ਜੀ ਮੁਖਵਿੰਦਰ ਸਿੰਘ ਸੰਧੂ ਅਤੇ ਪਿੰਡ ਜੇਠੂਵਾਲ ਜ਼ਿਲ੍ਹਾ ਅੰਮ੍ਰਿਤਸਰ ਗੋਲਡਨ ਗੇਟ ਤੋਂ 10 ਕਿਲੋਮੀਟਰ ਆ 98148 98174 78682 950 ਇਹ 2 ਨੰਬਰ ਆ ਉਹ ਤੋਂ ਉੱਤੇ ਲਿਖ ਦੇਣੇ ਆ ਸਾਰੇ ਵੀਰ ਭਰਾ ਜਿਹੜੇ ਵੇਚਦੇ ਆ ਜਿਹੜੇ ਕਮੈਂਟ ਕਰਦੇ ਵਧੀਆ ਵਧੀਆ ਜਿਹੜੇ ਸਾਡੇ ਸੱਜਣ ਆ ਜਿਹੜੇ ਨਹੀਂ ਵੀ ਸੱਜਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।